ਜਿਹੜਾ ਤੁਸੀਂ ਗੱਲਾਂ ਕਰਦੇ ਹੋ ਨਾ ਅਸੀਂ ਤਾਂ ਕਰਨਾ ਹੀ ਕਰਨਾ, ਲਾ ਲਓ ਜ਼ੋਰ ਜਿਹੜਾ ਲਾਉਣਾ। ਹੁਣ ਤੂੰ ਵੀਡੀਓ ਪਾ ਫਿਰ ਐਵੇਂ ਦੀਆਂ, ਤੈਨੂੰ ਰੋਕ ਕੇ ਵੀ ਦਿਖਾਵਾਂਗੇ ਜਿਹੜਾ ਤੂੰ ਗੱਲ ਕਰਦਾ ਨਾ ਹੁਣ। ਇਹ ਤੂੰ ਪੂਰੇ ਪੰਜਾਬ ਦੀ ਅਣਖ ਨੂੰ ਵਿਗਾੜ ਰਿਹਾ, ਇਹ ਕੋਈ ਇੱਕ ਦੋ ਬੰਦਿਆਂ ਦੀ ਨੂੰ ਨਹੀਂ। ਉਹ ਪਿੰਡ ਵਾਲਿਆਂ ਨੇ ਵਧੀਆ ਧਰਨਾ ਲਾਇਆ, ਉਹਨਾਂ ਵੀਰਾਂ ਨੂੰ ਸਲਾਮ ਆ ਜਿਹੜੇ ਅੱਗੇ ਆਏ। ਉਹ ਤੁਹਾਨੂੰ ਸ਼ਰਮ ਨਹੀਂ ਆਈ, ਤੁਸੀਂ ਪਿੰਡ ਦੀ ਕਿਸੇ ਧੀ ਭੈਣ ਦਾ ਜ਼ਿਕਰ ਕਰ ਰਹੇ ਹੋ ਵੀਡੀਓ ਦੇ ਵਿੱਚ। ਬਾਕੀ ਸੁੱਖਾ ਕਾਲਵਾਂ ਗਰੁੱਪ ਵਾਲਿਆਂ ਦਾ ਵੀ ਮੈਂ ਦੇਖਿਆ, ਕਿਸੇ ਵੀਰ ਨੇ ਮੈਨੂੰ ਸਕਰੀਨਸ਼ਾਟ ਭੇਜਿਆ ਸੀਗਾ ਵਟਸਐਪ ਗਰੁੱਪ ਦੇ ਉੱਤੇ, ਅਤੇ ਉਹ ਵੀ ਕਹਿ ਰਹੇ ਨੇ ਵੀ ਤੈਨੂੰ ਛਾਂਗਣਾ ਆ। ਹੁਣ ਚੰਗਾ ਰਿਹਾ ਹੈਂ, ਹੁਣ ਚੰਗਾ ਰਿਹਾ ਰਿਵਾਲਵਰ ਜੇ ਰੱਖ ਰੱਖ ਕੇ ਪਾਉਣਾ, ਹੁਣ ਅਗਲੇ ਕਹਿੰਦੇ ਤੈਨੂੰ ਛਾਂਗਣਾ ਆ। ਫਿਰ ਕੱਲ੍ਹ ਨੂੰ ਕਿਸੇ ਨੇ ਕੁਛ ਕਹਿ ਤਾ ਇਹਨੂੰ, ਫਿਰ ਸਾਡੇ ਲੋਕਾਂ ਨੇ ਕਹਿਣਾ ਆਹ ਲਾਓ ਜੀ ਫਿਰ ਕੀ ਹੋ ਗਿਆ, ਨੌਜਵਾਨ ਨੇ ਵੀਡੀਓ ਵੀ ਪਾਈ ਸੀ ਉਹਦੇ ਬਦਲੇ ਛਾਂਗਦਾ। ਹੁਣ ਪੰਗੇ ਤਾਂ ਆਪ ਲੈਂਦਾ, ਉੱਪਰੋਂ ਕਹਿੰਦਾ ਮੈਂ ਤਾਂ ਐਵੇਂ ਕਰੂੰ ਰਿਵਾਲਵਰ ਰੱਖ ਰੱਖ ਫੋਟੋਆਂ ਪਾਉਣੀਆਂ ਨੇ, ਫਿਰ ਅਗਲੇ ਨੇ ਛਾਂਗਣਾ ਤਾਂ ਹੋਰ ਕੀ ਕਰਨਾ। ਜਿਹਦੇ ਅੰਦਰ ਅਣਖ ਹੈਗੀ ਆ ਉਹਨੇ ਤਾਂ ਛਾਂਗਣਾ ਹੀ ਆ, ਜਿਹਦੇ ਨਹੀਂ ਹੈਗੀ ਉਹਨੂੰ ਕੋਈ ਗੱਲ ਨਹੀਂ, ਕੋਈ ਜੀਵੇ ਕੋਈ ਮਰੇ ਕੋਈ ਗੱਲ ਨਹੀਂ। ਲੋਕ ਤਾਂ ਆਪਣੀਆਂ ਕੁੜੀਆਂ ਨੂੰ ਧੰਦੇ 'ਤੇ ਲਾ ਦਿੰਦੇ ਨੇ, ਫਿਰ ਲੋਕ ਤਾਂ ਆਪਣੀਆਂ ਪਤਨੀਆਂ ਨੂੰ ਧੰਦਿਆਂ 'ਤੇ ਲਾ ਦਿੰਦੇ ਨੇ, ਮਰੀ ਹੋਈ ਜ਼ਮੀਰ ਵਾਲੇ ਤਾਂ ਵਾਧੂ ਬੈਠੇ ਨੇ। ਆ ਚਵਲਾਂ ਵਾਲੀਆਂ ਗੱਲਾਂ ਨਹੀਂ ਕਰਦੀ ਹੁੰਦੀਆਂ, ਤੈਨੂੰ ਸਾਡੇ ਸਿੰਘ ਨੇ ਫੋਨ ਕੀਤਾ, ਉੱਥੇ ਤੇਰੀ ਆਵਾਜ਼ ਨਹੀਂ ਸੀ ਨਿਕਲਦੀ, ਮੇਰੇ ਕੋਲ ਰਿਕਾਰਡਿੰਗਾਂ ਪੰਜਾਂ ਤਿੰਨ। ਇੱਕ ਜੇ ਤੇਰਾ ਜਿਹੜਾ ਬੰਦਾ ਕਹਿੰਦਾ ਜੀ ਮੈਨੇਜਰ ਆ ਮੈਂ, ਉਹਦਾ ਨਾ ਮੈਨੇਜਰ ਦੱਸ ਤੂੰ ਕਿੱਥੋਂ ਰੱਖ ਲਿਆ, ਉਹਨੇ ਕੀ ਕਿਹਾ? ਤੂੰ ਕਹਿੰਦਾ ਲੋਕ ਮਸ਼ਹੂਰ ਹੋਣ ਨੂੰ ਫਿਰਦੇ ਨੇ ਸਾਡੇ 'ਤੇ ਵੀਡੀਓ ਪਾ ਕੇ, ਉਹ ਵਿੱਚ ਕੀ ਗੱਲ ਕਰ ਰਿਹਾ? ਉਹ ਕਹਿੰਦਾ ਜੀ ਅਸੀਂ ਗੰਦੀਆਂ ਵੀਡੀਓ ਅਸੀਂ ਤਾਂ ਬਣਾਉਣ ਲੱਗੇ ਹਾਂ ਵੀ ਸਾਡੀ ਕੋਈ ਦੂਜੀ ਵੀਡੀਓ ਕੋਈ ਦੇਖਦਾ ਨਹੀਂ। ਉਹ ਮਸ਼ਹੂਰ ਤਾਂ ਤੁਸੀਂ ਹੋਣ ਨੂੰ ਫਿਰਦੇ ਹੋ ਗੰਦੀਆਂ ਵੀਡੀਓ ਪਾ ਕੇ, ਉਹੀ ਗੱਲ ਤੂੰ ਕਹੀ ਸਾਡੇ ਬੰਦੇ ਨੂੰ, ਪਰ ਤੇਰੀ ਉੱਥੇ ਆਵਾਜ਼ ਨਹੀਂ ਸੀ ਨਿਕਲਦੀ। ਫਿਰ ਤੂੰ ਅਖੀਰ 'ਤੇ ਕਿਹਾ ਜਿਹੜੀ ਕੱਲ੍ਹ ਦੀ ਉਹ ਗੱਲ ਹੋਈ ਆ, ਤੂੰ ਕਿਹਾ ਵੀ ਮੈਂ ਵੀਡੀਓ ਚਲੋ ਆਪਣੀ ਮੈਂ ਡਿਲੀਟ ਕਰਤੀ, ਤੈਨੂੰ ਸਿੰਘ ਨੇ ਕਿਹਾ ਸੀ ਵੀ ਤੂੰ ਮਾਫ਼ੀ ਮੰਗ ਲਾ, ਕੋਈ ਇਹਦੇ ਨਾਲ ਤੂੰ ਛੋਟਾ ਨਹੀਂ ਹੋਣ ਲੱਗਿਆ। ਪਰ ਤੂੰ ਉਹ ਗੱਲ 'ਤੇ ਆਇਆ ਨਹੀਂ ਜੀ ਮੈਂ ਬਸ ਵੀਡੀਓ ਡਿਲੀਟ ਕਰਤੀ, ਅਤੇ ਉੱਥੇ ਵੀ ਬੜਕ ਮਾਰ ਕੇ ਮਾੜਾ ਜਿਹਾ ਬੋਲ ਲੈਂਦਾ ਫੋਨ 'ਤੇ ਵੀ, ਤੈਨੂੰ ਦੱਸ ਦਿੰਦੇ ਫਿਰ ਬਾਅਦ ਵਿੱਚ ਕੀ ਪਾ ਪੈਂਦੀ ਆ। ਉਹ ਕੋਲ ਕਰ ਇਕੱਠੇ ਕਰਕੇ 20-25 ਉਹ ਨਵੀਂ ਜੀ ਉਮਰ ਦੇ ਮੁੰਡੇ ਜਿਨ੍ਹਾਂ ਨੂੰ ਪਤਾ ਵੀ ਹੈ ਨਹੀਂ ਵੀ ਸੱਭਿਆਚਾਰ ਵਿਰਸਾ ਹੁੰਦਾ ਕੀ ਆ, ਧਰਮ ਕੀ ਹੁੰਦਾ ਆ, ਅਸੀਂ ਕਿਹੜੀ ਕੌਮ ਨੂੰ ਬਿਲੋਂਗ ਕਰਦੇ ਹਾਂ, ਉਹਨਾਂ ਨੂੰ ਇਕੱਠੇ ਕਰਕੇ ਤੂੰ ਕਹਿੰਦਾ ਲਓ ਜੀ ਪੰਜਾਬ ਦਾ ਯੂਥ ਮੇਰੇ ਨਾਲ ਖੜਾ। 3 ਕਰੋੜ ਆਬਾਦੀ ਹੋਣੀ ਆ ਯੂਥ ਦੀ, ਸੋਰੀ ਆਪਣੇ ਪੰਜਾਬ ਦੀ 3 ਕਰੋੜ ਆਬਾਦੀ ਹੋਣੀ ਆ, ਯੂਥ 1 ਕਰੋੜ ਹੋਣਾ ਆਪਣੇ ਵਿੱਚੋਂ, 35% ਲਗਭਗ ਯੂਥ ਆ ਪੰਜਾਬ ਦੇ ਵਿੱਚ ਆਬਾਦੀ ਦਾ, ਕੁੱਲ 35% ਯੰਗਸਟਰ ਨੇ, 3 ਕਰੋੜ ਆਬਾਦੀ ਆ ਪੰਜਾਬ ਦੀ, 1 ਕਰੋੜ ਦੇ ਕਰੀਬ ਹੋਣਾ ਆ ਯੂਥ। ਤੂੰ 20 ਬੰਦੇ ਇਕੱਠੇ ਕਰਕੇ ਕਹਿੰਦਾ ਲਓ ਜੀ ਪੰਜਾਬ ਦਾ ਮੇਰੇ ਨਾਲ ਯੂਥ ਖੜਾ ਆ, ਤੁਸੀਂ ਜਮੀ ਸ਼ਰਮ ਲਾਤੀ? ਕਿਸ ਦੇ ਘਰੇ ਧੀ ਭੈਣ ਹੈ ਉਹ ਨਹੀਂ ਤੁਹਾਡੇ? ਜਿੰਨੇ ਵੀ ਬੰਦੇ ਸਪੋਰਟ ਕਰਦੇ ਨੇ ਉਹ ਮੈਨੂੰ ਲੱਗਦਾ ਫਿਰ ਜਦੋਂ ਇਹ ਵੀਡੀਓ ਪਾਉਂਦਾ ਹੋਣਾ ਨਾ, ਫਿਰ ਆਪਣੀ ਭੈਣ ਨੂੰ ਜਾ ਕੇ ਕਹਿੰਦੇ ਹੋਣੇ ਨੇ ਆਹ ਭੈਣੇ ਦੇਖੀਆਂ ਦੇ ਉਹ ਮੁੰਨਣੇ ਵਾਲੇ ਦੀ ਵੀਡੀਓ ਆ ਗਈ ਕਿਵੇਂ ਲੱਗੀ। ਉੱਪਰੋਂ ਕਹਿੰਦੇ ਉਹ ਬਜ਼ੁਰਗਾਂ ਨੇ ਸਾਨੂੰ ਕਿਹਾ ਵੀ ਇਹ ਤਾਂ ਕੋਈ ਗੱਲੇ ਨਹੀਂ, ਗਾਲਾਂ ਤਾਂ ਸਾਰੇ ਹੀ ਕੱਢਦੇ ਨੇ, ਇਹ ਤਾਂ ਕੋਈ ਖਾਸ ਹੈ ਉਹ ਨਹੀਂ, ਵੀਡੀਓ 'ਚ ਤਾਂ ਕੁਛ ਵੀ ਨਹੀਂ ਹੈਗਾ, ਗੱਲੇ ਹੈ ਨਹੀਂ ਕੋਈ। ਇਹ ਕਿਹੜੇ ਬਜ਼ੁਰਗ ਆ ਗਿਆ ਇਹੋ ਜਿਹੇ ਪੰਜਾਬ 'ਚ ਨਵੀਂ ਨਸਲ ਜੰਮ ਪਈ ਬਜ਼ੁਰਗਾਂ ਦੀ ਇਹੋ ਜਿਹੀ, ਜਿਹੜੇ ਇੰਨੀਆਂ ਗੰਦੀਆਂ ਵੀਡੀਓਜ਼ ਨੂੰ ਕਹਿੰਦੇ ਨੇ ਕੋਈ ਗੱਲੇ ਹੈ ਨਹੀਂ। ਸਿਆਣੇ ਕਹਿੰਦੇ ਨੇ ਬਜ਼ੁਰਗ ਵੀ ਉਮਰ ਨਾਲ ਨਹੀਂ ਅਕਲ ਨਾਲ ਆਉਂਦੀ ਆ। ਹੁਣ ਕੱਲ੍ਹ ਨੂੰ ਤੂੰ ਵੀ 70-80 ਸਾਲ ਦਾ ਹੋ ਜਾਣਾ, ਅਤੇ ਉਦੋਂ ਜਿਹੜੇ 20-25 ਸਾਲ ਦੇ ਨੌਜਵਾਨ ਹੋਣਗੇ ਉਹਨਾਂ ਨੇ ਕਹਿਣਾ ਜੀ ਇਹ ਬਜ਼ੁਰਗ ਆ ਸਾਡੇ ਪਿੰਡ ਦਾ, ਪਰ ਪਤਾ ਤਾਂ ਤੇਰੇ ਹਮ ਉਮਰਾਂ ਨੂੰ ਹੋਊਗਾ ਨਾ ਵੀ ਇਹ ਤਾਂ 1 ਨੰਬਰ ਦਾ ਚੌਰਾ ਬੰਦਾ। ਹੁਣ ਜਿਹੜੇ ਜਿਨ੍ਹਾਂ ਨੂੰ ਤੂੰ ਕਹੀ ਆ ਨਾ ਬਜ਼ੁਰਗ ਨੇ, ਉਹਨਾਂ ਉਹ ਆਪਣੇ ਜਵਾਨੀ ਦੇ ਵਿੱਚ ਆਹੀ ਕੁਛ ਗੰਦ ਪਾਉਂਦੇ ਰਹੇ ਹੋਣੇ ਨੇ, ਉਹ ਕਹਿਣ ਨੂੰ ਇਹ ਬਜ਼ੁਰਗ ਨੇ, ਦੇਖਣ ਨੂੰ ਇਹ ਬਜ਼ੁਰਗ ਲੱਗਦੇ ਨੇ, ਪਰ ਉਹਦੇ ਦਿਮਾਗ ਨੇ ਜਿਹੜੇ ਅੰਦਰੋਂ ਗੰਦ ਭਰਿਆ ਹੋਣਾ, ਜਿਹਨੂੰ ਧੀ ਭੈਣ ਦਾ ਨਹੀਂ ਪਤਾ, ਐਡੀ ਉਮਰ ਦੇ ਵਿੱਚ ਜਾ ਕੇ ਵੀ ਜਿਹਨੂੰ ਇਹ ਨਹੀਂ ਪਤਾ ਵੀ ਕਿਹੜੀ ਧਰਤੀ ਆ ਇਹ, ਇੱਥੇ ਕਿਵੇਂ ਦੀਆਂ ਗੱਲਾਂ ਕਰਨ ਵਾਲੇ ਲੋਕ ਹੋਣੇ ਚਾਹੀਦੇ ਨੇ ਨੌਜਵਾਨੀ ਨੂੰ ਅਸੀਂ ਕੋਈ ਚੰਗੀ ਸੇਧ ਦਈਏ। ਆਹ ਤੁਸੀਂ ਚੰਗਾ ਸਦਾ ਆਪਣਾ ਫੜਿਆ, ਅਤੇ ਤੁਸੀਂ ਵੀਡੀਓ ਪਾ ਕੇ ਆਪਣਾ ਕਹਿੰਦੇ ਹੋ ਜੀ ਕਰ ਲਓ, ਜਿਹਨੇ ਰੋਕਣਾ ਰੋਕ ਲਓ, ਅਤੇ ਉੱਪਰੋਂ ਫੋਟੋ ਪਾ ਕੇ ਥਾਲ 'ਚ ਰੱਖ ਲਿਆ ਰਿਵਾਲਵਰ। ਆ ਲੋਕ ਜੀ ਮਸ਼ਹੂਰ ਹੋਣ ਨੂੰ ਫਿਰਦੇ ਨੇ, ਆਹ ਕਰਨ ਨੂੰ ਫਿਰਦੇ ਨੇ, ਲੋਕ ਮਸ਼ਹੂਰ ਹੋਣ ਨੂੰ ਨਹੀਂ ਫਿਰਦੇ, ਲੋਕਾਂ ਨੂੰ ਫਿਕਰ ਆ ਪੰਜਾਬ ਦਾ, ਅਤੇ ਨਾਲ 10-20 ਮੁੰਡੇ ਖੜ੍ਹੇ ਕਰਕੇ ਪੰਜਾਬ ਦਾ ਯੂਥ ਨਾ ਬਣਾ ਦਿਆ ਕਰੋ, 1 ਕਰੋੜ ਆਬਾਦੀ ਆ। ਅਤੇ ਨਾ ਐਵੇਂ ਨਾ ਕਿਹਾ ਕਰੋ ਨਾਲੇ ਵਿਦੇਸ਼ੀ ਬੰਦੇ ਜੀ ਉਹ ਥੱਕੇ ਆ ਰਹੇ ਹੁੰਦੇ ਨੇ, ਉਹਦਾ ਅਸੀਂ ਐਂਟਰਟੈਨਮੈਂਟ ਕਰਦੇ ਹਾਂ, ਉਹ ਥੱਕੇ ਆ ਰਹੇ, ਅਸੀਂ 7 ਦਿਨ ਕੰਮ ਕਰਦੇ ਹਾਂ, ਕਦੇ ਛੁੱਟੀ ਨਹੀਂ ਕਰਦੇ, ਅਸੀਂ ਤਾਂ ਤੇਰੀ ਕਦੇ ਵੀਡੀਓ ਦੇਖਦੇ ਨਹੀਂ। ਸਾਨੂੰ ਤਾਂ ਲੋਕਾਂ ਨੇ ਸਕਰੀਨਸ਼ੋਟ ਭੇਜੇ, ਫਿਰ ਦੇਖਿਆ ਵੀ ਆਹ ਕੀ ਗੰਦ ਪੈ ਰਿਹਾ। ਮੈਨੂੰ ਸਾਲ ਪਹਿਲਾਂ ਦੇ ਵੀ ਭੇਜਦੇ ਨੇ ਬੰਦੇ, ਪਰ ਮੈਂ ਧਿਆਨ ਨਹੀਂ ਸੀ ਦਿੰਦਾ, ਪਰ ਆਹ ਜਿਹੜਾ ਆਖੀਰ 'ਤੇ ਆਹ ਵੀਡੀਓ ਕੱਢੀ ਆ ਗੰਦ ਆ ਮੁੰਨਣੇ ਵਾਲਾ ਨਾ ਜੀ, ਆਹ ਤਾਂ ਜਮੇਂ ਗੰਦ ਦਾ ਯਾਰ। ਤੁਹਾਡੀ ਧੀ ਭੈਣ ਨੂੰ ਤੁਰੀ ਜਾਂਦੀ ਨੂੰ ਕੋਈ ਕਹਿ ਦੇਵੇ ਆ ਜੀ ਆਹ ਉਹ ਮੁੰਨਣੇ ਵਾਲਿਆਂ ਦੀ ਕੁੜੀ ਤੁਰੀ ਜਾਂਦੀ ਆ, ਆ ਜੀ ਆਹ ਮੁੰਨਣੇ ਵਾਲਿਆਂ ਦੇ ਲਾਣੇ 'ਚੋਂ ਕੁੜੀ ਆ, ਆ ਜੀ ਆਹ ਮੁੰਨਣੇ ਵਾਲੇ ਦੀ ਭੈਣ ਤੁਰੀ ਜਾਂਦੀ ਆ,
ਉਹ ਤੁਸੀਂ ਨਾਖੜ ਹੋ ਕੇ ਮਰ ਜਾਓ ਤੁਸੀਂ, ਉਹ ਲੋਕ ਲਾਣੇ ਦਾ ਨਾਮ ਪਾ ਦਿੰਦੇ ਨੇ ਐਵੇਂ, ਸ਼ਰਮ ਕਰੀ ਦਿੰਦੀ ਆ ਪੂਰਾ।